ਭਾਜੀ ਸੁਣਿਆ ਮਾਨਵ ਚੰਨ ਵੀ ਇੱਥੇ ਖੇਡਦਾ ਜੀ ਮਾਨਵ ਚੰਨ ਨੇ ਸਾਡੇ ਖਿਲਾਫ ਕਈ ਸੌ ਕੀਤੇ ਨੇ ਜਨਾਬ ਦੋ ਤੇ ਮੈਂ ਕੋਤੇ ਆਪ ਕਰਾਏ ਨੇ ਕੈਚ ਛੱਡ ਕੇ ਤੇ ਅੱਜ ਕੱਲ ਤੇ ਉਹਦੇ ਕੋਲ 20 ਨਹੀਂ ਹੋ ਰਿਹਾ ਚਾਹੇ ਉਸਕੇ ਦਾ ਨੋ ਨੋ ਉਹ ਕਹਿੰਦੇ ਚਾਹ ਪੀਓਗੇ ਅੱਗੋਂ ਕਹਿੰਦਾ ਹਾਂਜੀ ਪੀ ਹਾਂਜੀ ਹਾਂਜੀ ਉਸ ਟਾਈਮ ਨਾਲ ਇਹਨਾਂ ਭਾਜੀ ਇਹ 24 ਘੰਟੇ ਗੱਟਰ 'ਚ ਰਹਿ ਜਾਂਦੇ ਦਸ ਟਾਈਮ ਨਾਲ ਥੋੜ੍ਹਾ ਸੀ ਮੈਨੂੰ ਬਰਦਾਸ਼ਤ ਕਰੀ ਜਾਂਦੇ ਕਿੰਨੀ ਕਹਿਤੇ ਕੋਈ ਨਹੀਂ ਆ ਕਹਿਤੇ ਪਤਾ ਨਹੀਂ ਕਿੱਥੇ ਆ ਤੁਸੀਂ ਦੇਖੋ ਕਿ ਮੈਂ ਬਿਲਕੁਲ ਸਹੀ ਹਾਂ ਤੁਹਾਡੇ ਸਾਹਮਣੇ ਨਜ਼ਰ ਨਹੀਂ ਆ ਰਿਹਾ ਮੈਂ ਕਹਿਤ ਹੋਵੇ ਤਾਂ ਮੇਰੀ ਫਿਟਨੈਸ ਨਾ ਹੋਵੇ ਆ ਦੇ ਬਹੁਤ ਸੱਚੇ ਇਹ ਫਿਟਨੈਸ ਨਹੀਂ ਹੈ ਦੁਰ ਫਿਟਨੈਸ ਹੈ ਯੋਗਾ ਕਮਸ ਇਨ ਬੋਸ ਟੂ ਉਮਰ ਐਂਡ ਅਪੀਲ ਫॉर ਲੈਟ ਬਿਫੋਰ ਕੰਪੈਕਟ ਡਾਂਸਿੰਗ ਅਵੇ ਅਪੈਕਟ ਡਾਂਸਿੰਗ ਅਵੇ ਫॉर ਨਾਟ ਬੀ ਇਹ ਭਾਜੀ ਆਊਟ ਨਹੀਂ ਮੰਗ ਰਿਹਾ 150 ਮੰਗ ਰਿਹਾ ਹੈ ਬੈਟਿੰਗ ਬੇਸ ਤੇ ਰੱਖਿਆ ਵਾ ਮੈਂ 20,000 ਚ ਬੁੱਕ ਹੋਇਆ ਉਹਨਾਂ ਕਹਿੰਦਾ ਰੈਸ਼ ਤੇਰੀ ਆਪਣੀ ਹੋਏਗੀ ਅਸਲਾਮ ਵਾਲੀਕਮ ਨਾਜ਼ਰੀਨ ਤੁਸੀਂ ਦੇਖ ਰਹੇ ਹੋ ਅਲਬੇਲਾ ਟੀਵੀ ਇਸ ਵੇਲੇ ਅਸੀਂ ਆਪਣਾ ਇਹ ਪ੍ਰਿੰਸ ਕਲੱਬ ਦੀ ਇੱਕ ਗਰਾਊਂਡ 'ਚ ਖਲੋਤੇ ਹਾਂ ਆਮਰ ਮੈਮੋਰੀਅਲ ਅਤੇ ਸਾਡੇ ਨਾਲ ਨੇ ਕਾਜ਼ੀ ਸਾਹਿਬ ਇਹ ਕੋਚ ਨੇ ਇੱਥੋਂ ਦੇ ਔਰ ਨਾਲ ਚੀਫ ਕੋਚ ਨੇ ਭਾਜੀ ਦਾ ਕੀ ਨਾਂ ਜੀ ਕੈਸਰ ਸਾਹਿਬ ਤੇ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜੀ ਕਿ ਪਾਕਿਸਤਾਨ ਜਿਹੜੀ PSL ਹੋ ਰਿਹਾ ਇਸ ਵੇਲੇ ਇਹ ਕਿਹੜਾ ਅੱਛਾ ਨਹੀਂ PSL ਬੜਾ ਮਜ਼ੇਦਾਰ ਹੋ ਰਿਹਾ ਜੀ ਬੜੇ ਪਤਾ ਲੱਗਦਾ 197 ਟੀਮ ਕਰ ਗਈ ਹੈ ਸਰਫਰਾਜ਼ ਅੰਨੇ ਕਰ ਗਿਆ ਇਹ ਤੇ ਜਿੱਤੀ ਜਾਣਗੇ ਬਾਅਦ ਪਤਾ ਨੇ ਸਰਫਰਾਜ਼ ਹਾਰ ਗਿਆ ਉਹ ਟੀਮ ਹੀ ਦੂਸਰੀ ਟੀਮ ਇਹ ਪਤਾ ਲੱਗਦਾ ਪਤਾ ਨਹੀਂ ਪੈਸੇ ਲੈ ਕੇ ਖੇਡਦੇ ਪਏ ਨੇ ਕੀ ਕਰ ਰਹੇ ਨੇ ਕਿਉਂ ਇੰਜ ਇੱਕ ਟੀਮ 200 ਕਰਕੇ ਵੀ ਹਾਰ ਜਾਂਦੀ ਹੈ PSL ਦਾ ਲੋਕੀ ਜ਼ਿਆਦਾਤਰ ਇਹੀ ਕਹਿੰਦੇ ਕਿ ਯਾਰ ਇਹ ਜੂਆ ਹੀ ਹੁੰਦਾ ਮੈਂ ਕਿਹਾ ਯਾਰ ਜੂਆ ਨਹੀਂ ਹੈਂਜੀ ਪੈਸਾ ਸੁਪਰ ਤੇ ਤੁਸੀਂ ਮਾਸ਼ਾਅੱਲਾ ਮੈਨੂੰ ਪਤਾ ਲੱਗਾ ਕਿ ਇੱਥੇ ਬੜੇ ਬੜੇ ਪਲੇਅਰ ਜਿਹੜੇ ਇਸ ਵੇਲੇ ਇੰਟਰਨੈਸ਼ਨਲ ਪਾਕਿਸਤਾਨ ਦੇ ਸੁਪਰ ਸਟਾਰ ਨੇ ਅਤੇ ਉਹ ਇਸ ਗਰਾਊਂਡ 'ਚ ਖੇਲੇ ਨੇ ਇੱਥੇ ਜੀ 1982-83 'ਚ ਮੈਂ ਪਹਿਲਾਂ T20 ਕ੍ਰਿਕਟ ਸਾਡੀ ਇਸ ਗਰਾਊਂਡ ਤੋਂ ਸਟਾਰਟ ਹੋਈ ਸੀ ਅੱਛਾ ਜੀ ਲੁਧਿਆਣਾ ਜਿਮ ਖਾਨ ਵਾਲੋਂ ਵਸੀਮ ਅਕਰਮ ਤਲਤ ਮਿਰਜ਼ਾ ਸਾਊਦ ਖਾਨ ਨਵਾਜ਼ ਮਲਿਕ ਸ਼ਕੀਲ ਖਾਨ ਸੁਹੇਲ ਖਾਨ ਮੀਆਂ ਪਰਵੇਜ਼ ਅਖਤਰ ਉਹ ਇਸ ਟੂਰਨਾਮੈਂਟ ਇਸ ਗਰਾਊਂਡ 'ਚ ਆ ਟੂਰਨਾਮੈਂਟ ਖੇਲ ਚੁੱਕੇ ਨੇ ਵਾਹ 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 ਤੇ ਦੇਖੋ ਅੱਜ ਪਾਕਿਸਤਾਨ ਦੇ ਸਿਤਾਰੇ ਨੇ ਉਹ ਵਸੀਮ ਅਕਰਮ ਨੇ ਬਲਕਿ ਜੀਓ ਦੇ ਇੱਕ T20 ਦੀ ਗੱਲ ਹੋ ਰਹੀ ਸੀ ਅਤੇ ਉਹਨੇ ਮੇਰਾ ਨਾਮ ਲੈ ਕੇ ਦੱਸਿਆ ਜੀ T20 ਕ੍ਰਿਕਟ ਫਲਾਮ ਬੰਦੇ ਨੇ ਸਟਾਰਟ ਕੀਤੀ ਇੱਥੋਂ ਫਿਰ ਉਹ ਆਸਤਾ ਆਸਤਾ ਉਹ ਦੂਸਰੀ ਗਰਾਊਂਡਾਂ 'ਚ ਗਈ ਫਿਰ ਲਾਹੌਰ ਕਰਾਚੀ ਦੁਬਈ ਫਿਰ ਉਹ ਵਰਲਡ ਲੈਵਲ 'ਤੇ ਚਲੀ ਗਈ ਫਿਰ ਉਹਦਾ T20 ਵਰਲਡ ਕੱਪ ਵੀ ਜਿਹੜਾ ਹੋਇਆ ਇਹ ਭਾਜੀ ਸੁਣਿਆ ਮਾਨਵ ਚੰਨ ਵੀ ਇੱਥੇ ਖੇਡਦਾ ਜੀ ਮਾਨਵ ਚੰਨ ਨੇ ਸਾਡੇ ਖਿਲਾਫ ਕਈ ਸੌ ਕੀਤੇ ਨੇ ਜਨਾਬ ਦੋ ਤੇ ਮੈਂ ਕੋਤੇ ਆਪ ਕਰਾਏ ਨੇ ਕੈਚ ਛੱਡ ਛੱਡ ਕੇ ਤੇ ਅੱਜ ਕੱਲ੍ਹ ਤੇ ਉਹਦੇ ਕੋਲੋਂ 20 ਨਹੀਂ ਹੋ ਰਿਹਾ ਬਸ ਉਮਰ ਦਾ ਤਕਾਜ਼ਾ ਨਾ ਜੀ ਬਿਲਕੁਲ ਸਹੀ ਉਮਰ ਦਾ ਤਕਾਜ਼ਾ ਹੈ ਨਹੀਂ ਤੇ ਬੋਲਰ ਤਾਂ ਬੜਾ ਵੱਡਾ ਇਹ ਕਹਿ ਰਹੇ ਜੀ ਮੈਂ ਇਥੋਪੀਆ ਤੋਂ ਆਇਆ ਵਾਂ ਅਤੇ ਮੁਲਤਾਨ ਸੁਲਤਾਨ ਵੱਲੋਂ ਖਰੀਦਿਆ ਮੇਰੇ ਭਾਈ ਇਥੋਪੀਆ ਮੈਂ ਤਾਂ ਕ੍ਰਿਕਟ ਮੇਰੇ ਖਿਆਲ ਹੋਤੀ ਨਹੀਂ ਕਿਸੇ ਵਕਤ ਪਹਿਲੇ ਕੀ ਬਾਤ ਹੈ ਜਾਂ 100 ਸਾਲ ਪਹਿਲੇ ਵਾਂ ਸੁਣਾ ਕਹਿਤ ਪੜਾ ਥਾ ਬੜੇ ਬੜੇ ਕ੍ਰਿਕਟਰ ਬਗੈਰ ਪਾਣੀ ਕੇ ਮਰ ਗਏ ਹਾਂ ਉੱਥੇ ਤਾਂ ਕਹਿ ਤਾ ਭਾਜੀ ਤੁਸੀਂ ਕਿਤੇ ਨਾ ਬਾਂਦਰਾ ਨਾਲ ਕ੍ਰਿਕਟ ਖੇਡਦੇ ਮੈਂ ਸੁਣਿਆ ਕਿ ਆਪ ਸ਼੍ਰੀਲੰਕਾ ਸੇ ਆਏ ਹੋ ਹਾਂਜੀ ਹਾਂਜੀ ਤੋ ਜਬ ਆਪਨੇ ਕਾਰ ਕੇ ਇਥੋਪੀਆ ਸੇ ਇਹ ਪੈਦਲ ਆਏ ਨਾ ਉਥੋਂ ਪੈਦਲ ਆਏ ਹਾਂ ਹਾਂਜੀ ਤੋ ਇਹ ਚੀਲ ਤੇ ਬਹਿ ਕੇ ਆਏ ਉਹ ਚੀਲ ਡੀਜ਼ਲ ਪੇ ਚਲਦੀ ਸੀ ਕਿ CNG ਪੇ ਇਹ ਨਹੀਂ ਪਤਾ ਕਿਉਂ ਜੀ ਮਤਲਬ ਕਦ ਤੇ ਚੱਲਦੀ ਸੀ ਮੇਰਾ ਖਿਆਲ ਉਹ ਜਿੱਥੋਂ ਗੋਸ਼ਟ ਖਾਂਦੀ ਸੀ ਫਿਰ ਉੱਡ ਪੈਂਦੀ ਸੀ ਸਰ ਆਪ ਇਸ ਵਕਤ ਲਾਹੌਰ ਮੇ ਖੜੇ ਹੈ ਲਾਹੌਰ ਲਾਹੌਰ ਕਲੰਦਰ ਵੱਲੋਂ ਮੈਂ ਖੇਡ ਰਿਹਾ ਤੁਸੀਂ ਮੁਲਤਾਨ ਸੁਲਤਾਨ ਵੱਲੋਂ ਖੇਡ ਰਹੇ ਹੋ ਆਈ ਕੇਮ ਫਰੋਮ ਇਥੋਪੀਆ ਯੈਸ ਬਿਕੋਜ਼ ਅਰਲੀ ਇਜ਼ ਪਾਕਿਸਤਾਨ ਇਜ਼ ਵੈਰੀ ਗੁੱਡ ਇਹ ਆਪਣੇ ਦੁੱਖ ਦੱਸ ਰਿਹਾ ਵੀ ਮੈਨੂੰ ਅਮਦਾਦ ਕਰੋ ਪਾਕਿਸਤਾਨ where the difference in Australia and Pakistan I come Pakistan before PSL 3 months ago yes 3 months I am looking on the TV channel yours memory you the one over you will the 8 no ball and 10 white ball give the 60 run in one over only yours world record I Pakistan language all is odrai camera Pakistan all language I will that know ਮੈਨੂੰ ਸਾਰੀਆਂ ਹੀ ਮੈਂ ਸਿੱਖ ਲਈਆਂ ਜ਼ਬਾਨਾਂ ਪਾਕਿਸਤਾਨ ਯੂ ਡੋਂਟ ਨੋ ਪਸ਼ਤੋ ਵੀ ਆਂਦੀ ਹੈ ਇਹਨੂੰ ਆਈ ਡੋਂਟ ਨੋ ਪਸ਼ਤੋ ਯੂ ਆਰ ਅਦਰ ਚਾਹ ਉਸਕੇ ਦਾ ਨੋ ਉਹ ਕਹਿੰਦੇ ਚਾਹ ਪੀਓਗੇ ਅੱਗੋਂ ਕਹਿੰਦਾ ਹਾਂਜੀ ਟੀ ਹਾਂਜੀ 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 ਯੈਸ ਓ ਅੱਛਾ ਆਈ ਲਾਈਕ ਦੈਟ ਚਾਹ ਸ਼ਮਲਾ ਰੋੜਾ ਕਨਾ ਮੇਰਾ ਮਤਲਬ ਹੈ ਲੱਸੀ ਪੀਓਗੇ ਵਾਟ ਇਜ਼ ਦਿਸ ਸ਼ਮਲਾਈ ਰੋੜਾ ਕਨਾ ਲੱਸੀ ਪੀਓਗੇ ਉਹ ਕਹਿੰਦਾ ਲੱਸੀ ਪੀਓਗੇ ਚਾਹ ਪੀਓਗੇ ਜੇ ਬੋਤਲ ਤੁਹਾਨੂੰ ਕਿਸੇ ਨੇ ਦੁੱਧ ਪੀਓਗੇ ਪਾਏ ਉਸਕੇ ਦੁੱਧ ਕਹਿੰਦੇ ਪਾਏ ਉਹ ਸਿਰੀ ਪਾਏ ਨਹੀਂ ਸਿਰੀ ਪਾਏ ਨਿਸ਼ਤਾ ਦਾ ਪਖਤੂਨ ਦਾ ਪਾਏ ਦੁੱਧ
ਇਹ ਮੁਲਤਾਨ ਸੁਲਤਾਨ ਵੱਲੋਂ ਤੁਸੀਂ ਕਿੰਨੇ ਪੈਸਿਆਂ 'ਚ ਬੁੱਕ ਹੋਏ ਹੋ? ਕੋਈ ਸਾਡੇ ਨਾਲ ਪੰਜਾਬੀ 'ਚ ਜਾਂ ਉਰਦੂ 'ਚ ਗੱਲ ਕਰੋ। ਆਈ ਨੋ ਪੰਜਾਬੀ ਥੋੜ੍ਹੀ ਥੋੜ੍ਹੀ ਸਰਾਇਕੀ ਥੋੜ੍ਹੀ ਥੋੜ੍ਹੀ ਸਰਾਇਕੀ ਇੰਡੀਆ ਹਾਂ ਲੈਗ ਬ੍ਰੇਕ ਹੈ ਨਾ ਇੱਥੋਂ ਵੱਜ ਕੇ ਇੰਝ ਆ ਪੈਂਦੀ ਅਤੇ ਗੂਗਲੀ ਦਾ ਕੀ ਕੰਮ ਹੈ? ਗੂਗਲੀ ਬੋਲ ਰੱਖ ਰਹੇ ਨਾ ਅਬਦੁਲ ਕਾਦਰ ਗੂਗਲੀ ਮਾਸਟਰ ਉਹ ਕਿੰਝ ਕਰਾਉਂਦੇ ਪਾਕਿਸਤਾਨੀ ਅਬਦੁਲ ਕਾਦਰ? ਹਾਂ ਹਾਂ ਤੇ ਤੁਸੀਂ ਦੱਸੋ ਤੁਸੀਂ ਇੱਥੋਂ ਦੇ ਹੋ? ਸੁਣ ਲਓ ਮੈਂ ਪੁੱਛੀ ਨਾ ਪਿਆ ਯਾਰ ਗੂਗਲੀ ਕਿਵੇਂ ਕਰਿੰਦੇ ਨੇ? ਤੁਸੀਂ ਦੱਸੋ ਤੂੰ ਇੱਧਰ ਕਾ ਹੈ ਤੂੰ ਬਤਾਓ। ਪੁੱਛਿਆ ਹਮ ਤੋ ਇੱਧਰ ਕਾ ਹੀ ਯਾਰ। ਨਹੀਂ ਤੁਸੀਂ ਉੱਥੇ ਇਥੋਪੀਆ 'ਚ ਤਾਂ ਕ੍ਰਿਕਟ ਖੇਡੀ ਨਹੀਂ ਜਾਂਦੀ, ਉੱਥੇ ਤਾਂ ਵੈਸੇ ਹੀ ਕੋਈ ਗੇਮ ਨਹੀਂ ਹੈਗੀ। ਨਹੀਂ ਮੈਂ ਉੱਧਰ ਖੇਡਦਾ ਵਾਂ, ਉੱਧਰ ਜੰਗਲਾਂ 'ਚ ਅਸੀਂ ਜਾਂਦੇ ਹਾਂ ਤੁਹਾਨੂੰ ਪਤਾ। ਜੰਗਲਾਂ 'ਚ ਕੀ ਮਤਲਬ? ਉੱਥੇ ਰਿੱਛਾਂ ਨਾਲ ਖੇਡਦਾ ਤੂੰ, ਬਾਂਦਰਾਂ ਨਾਲ ਖੇਡਦਾ ਉੱਥੇ ਕੀ? ਮੈਂ ਪ੍ਰੈਕਟਿਸ ਕਰਦਾ ਵਾਂ, ਤੁਸੀਂ ਦੇਖਿਆ ਹੋਣਾ ਮੈਰਾਥਨ ਰੇਸ ਜਿਹੜੀ ਆ ਨਾ ਉਹ ਵੀ ਇਥੋਪੀਆ 'ਚ ਪਹਿਲੀ ਦਫ਼ਾ ਜਿੱਤੀ ਆ। ਉਹ ਜਿਹੜੀ ਐਂ ਕਰਕੇ ਨਹੀਂ ਉਹ ਪੈਰਾਂ ਭਾਰ ਜਿਹੜੇ ਤੁਰਦੇ ਆ ਉਹ ਵੀ ਅਸੀਂ ਰੇਸ ਅਸੀਂ ਜਿੱਤੀ ਆ। ਅਤੇ ਉੱਧਰ ਮੈਂ ਨੈੱਟ ਜਿਹੜਾ ਵਾ ਮੇਰਾ ਜੰਗਲਾਂ 'ਚ ਹੀ ਹੁੰਦਾ ਵਾ। ਉਹ ਵਾਲਾ ਮੈਂ ਵਾਲਾ ਦੇ ਪਹਿਲੇ ਇਥੋਪੀਆ ਜੰਗਲਾਂ 'ਚ ਕ੍ਰਿਕਟ ਖੇਡਦੇ ਰਹੇ ਨੇ, ਉਹ ਦਰਖਤਾਂ ਉੱਤੇ ਖਲੋ ਕੇ ਅਤੇ ਹਿੰਝ ਗੇਂਦ ਕਰਦੇ ਸਨ। ਉਹ ਬੈਟਸਮੈਨ ਵੀ ਦੂਜੇ ਦਰਖਤ 'ਤੇ ਬਿਠਦੇ ਉਹੀ ਤਾਂ ਚੱਕਾ ਲਗਾਉਂਦਾ ਸੀ ਅਤੇ ਅਗਲੇ ਜੰਗਲ ਵਿੱਚ ਬਾਲ ਸਟੇਨ ਦਾ। ਵੇਖ ਲਓ ਕਾਜ਼ੀ ਸਾਹਿਬ ਨੂੰ ਕਿੰਨੀਆਂ ਜ਼ੁਬਾਨਾਂ ਹੁੰਦੀਆਂ, ਤੂੰ ਜ਼ੁਬਾਨ ਦਿਖਾ ਦੂਜੀ ਜ਼ੁਬਾਨ ਹੀ ਹੈ ਨਹੀਂ ਤੇਰੀ। ਇਹਨੇ ਮੈਨੂੰ ਸਾਰੀਆਂ ਮੈਂ ਪਾ। ਇੱਥੇ ਤੁਸੀਂ ਕਿੰਨੇ ਪੈਸੇ ਤੁਹਾਨੂੰ ਐਡਵਾਂਸ ਦਿੱਤੇ ਮੁਲਤਾਨ ਸੁਲਤਾਨ ਨੇ? $100 ਸਾਰੇ ਦੇਤੇ ਪਹਿਲੇ? ਨਹੀਂ ਸਾਰੇ ਕਿੰਨੇ ਕੁ ਮਸਲ $100 ਕਿੰਨਾ ਬਣ ਗਿਆ ਇੱਧਰ ਦਾ? ਕਿੰਨੇ ਬਣਦੇ ਜੀ $100? $100 ਕਿਹੜੇ ਵਕਤ ਦਾ? ਪੁਰਾਣਾ ਤੇ ਦਿੱਤਾ ਸੀ? ਨਹੀਂ ਨਹੀਂ ਇਸ ਦੌਰ ਦਾ ਹਾਂਜੀ। ਆਓ ਇਸ ਵੇਲੇ $200 $200 ਚਲੋ ਲਾਓ ਛੋੜੋ ਨਾ 200 20,000 ਹੋ ਗਿਆ। 20,000 'ਚ ਬੁੱਕ ਹੋਇਆ ਮੈਂ ਅਤੇ ਉਹਨਾਂ ਨੇ ਮੈਨੂੰ ਬੈਟਿੰਗ ਬੇਸ 'ਤੇ ਰੱਖਿਆ ਵਾ ਮੈਂ। 20,000 'ਚ ਬੁੱਕ ਹੋਇਆ ਉਹਨੇ ਕਿਹਾ ਰੈਸ਼ ਤੇਰੀ ਆਪਣੀ ਹੋਏਗੀ। ਡਾਲਰ ਦੇ ਉੱਤੇ ਤਸਵੀਰ ਕਿਹਦੀ ਆਈ? ਡਾਲਰ 'ਤੇ ਤਸਵੀਰ ਕਿਹਦੀ ਆਈ? ਮਿਲਿਆ ਨਾ ਅਮੈਰੀਕਨ ਹੈ ਨਾ। ਹਾਂ ਉਹਦੇ ਉੱਤੇ ਤਸਵੀਰ ਕਿਹਦੀ ਆਈ? ਉਹ ਮਾਈ ਦੀ ਬੰਦੇ ਦੀ ਤਸਵੀਰ ਬਾਬਾ ਕੇ ਕਰਦਾ ਪਿਆ ਉਹ ਮਾਈ ਵਾਲੇ ਫੋਟੋ ਮਾਈ ਵਾਲਾ ਡਾਲਰ ਨਹੀਂ ਇੱਥੇ ਚੱਲਦਾ? ਉਹ ਫਿਰ ਸਾਡੇ ਕੋਲ ਤਾਂ ਇਹੀ ਆ ਅਜੇ ਤੱਕ ਇਹ ਸਰ ਮੁਲਤਾਨ ਸੁਲਤਾਨ ਵੱਲੋਂ ਖੇਡ ਰਿਹਾ ਵਾ ਦਿਨੇ ਮੁਲਤਾਨ ਦਾ ਸੋਹਣ ਹਲਵਾ ਨਹੀਂ ਉੱਥੇ ਕੰਮ ਕਰਦਾ ਸ਼ਾਮੀ ਫਿਰ ਹਾਫਜ਼ ਦਾ ਸੋਹਣ ਹਲਵਾ ਮੈਂ 2 ਮਹੀਨੇ ਪਹਿਲੇ ਆ ਗਿਆ ਸੀ ਨਾ ਅਤੇ ਉਹਨਾਂ ਨੇ ਮੈਨੂੰ ਅਕੋਮੋਡੇਸ਼ਨ ਦਿੱਤੀ ਕੋਈ ਨਾ ਰਿਹਾਇਸ਼ ਨਹੀਂ ਦਿੱਤੀ ਅਤੇ ਫਿਰ ਮੈਂ ਸੋਹਣ ਵਾਲਿਆਂ ਦੇ ਮੈਂ ਕਿਹਾ ਚਲੋ 2 ਮਹੀਨੇ ਇਹਨਾਂ ਨਾਲ ਲਾਓ ਅਤੇ ਕੋਈ ਟਾਈਮ ਵੀ ਤਾਂ ਲੰਘਾਉਣਾ ਹੀ ਸੀ ਨਾ ਫਿਰ ਉਹਨਾਂ ਦੀ ਤਨਖਾਹ ਮੁੱਕ ਕੇ ਮੈਂ ਸੋਹਣ ਹਲਵਾ ਬਣਾਇਆ 2 ਮਹੀਨੇ ਇਹ ਮੈਨੂੰ ਲੱਗਦਾ ਇਥੋਪੀਆ ਵਾਪਸ ਨਹੀਂ ਜਾਏਗਾ ਮੁਲਤਾਨ ਸੈੱਟ ਹੋ ਜਾਏਗਾ ਮੁਲਤਾਨ ਵੀ ਜੰਗਲ ਹੈ ਨਾ ਉੱਥਾਂ ਹੀ ਵੈਸੋ ਜੰਗਲਾਂ ਵਿੱਚ ਇਹ ਕਹਿੰਦਾ ਬੁਜ਼ਦਾਰ ਸਾਹਿਬ ਨਾਲ ਮੇਰੀ ਬੜੀ ਵਾਕਫੀਤ ਆ ਬੁਜ਼ਦਾਰ ਸਾਹਿਬ ਨਾਲ ਰੇਗਿਸਤਾਨ ਨੇ ਮੁਲਾਕਾਤ ਥਈ ਔਰ ਰੈਲੀ ਨਹੀਂ ਹੋਈ ਸੀ ਜੀਪਾਂ ਦੀ ਹਾਂ ਹਾਂ ਉਹ ਵੀ ਇਹਨੇ ਚਲਾਈ ਉੱਥੇ ਕਿਉਂ ਜੀ ਹਾਂ ਮੈਂ ਰੈਲੀ 'ਚ ਫਸਟ ਆਇਆ ਸੀ ਮੈਂ $1,000 ਦੇਵਾਂਗੇ ਹੋਰ ਉਹਨਾਂ ਨੇ ਕਿਹਾ ਉੱਤੋਂ ਵੀ ਜੋ ਹੋ ਜਾਏ ਯਾਰ ਉੱਤੋਂ ਵੀ ਜੋ ਹੋ ਗਿਆ ਮੈਂ ਕਿਹੜਾ ਬਾਜੇ ਵਾਲਾ ਕਹਿੰਦੇ ਉੱਤੋਂ ਜੋ ਹੋ ਜਾਏ ਤੇਰਾ ਛੱਕੇ ਤੇ ਰੱਖਿਆ ਨਾ ਉਹਨਾਂ ਨੇ ਉੱਤੋਂ ਦੀ ਗੇਂਦ ਦੀ ਅੱਗ ਵਜਣੀ ਸਿਰ ਦੇ ਵਿੱਚ ਬੋਰਡ ਲਾਇਆ ਹੁੰਦਾ ਵਾ ਕੰਪਨੀ ਦਾ ਉੱਥੇ ਮੈਂ ਛੱਕਾ ਮਾਰਾਂਗਾ ਉਹਦੇ ਪੈਸੇ ਕਾਊਂਟ ਹੋਣਗੇ ਅਤੇ ਅਗਰ ਚੌਕਾ ਮਾਰਾਂਗਾ ਉਹਦੇ ਲੈਦਾ ਵਿਕਟ ਲਵਾਂਗਾ ਤੇ ਉਹਦੇ ਲੈਦਾ ਕਿਉਂਕਿ ਮੈਂ ਆਲਰਾਊਂਡਰ ਜਿਹੜਾ ਵਾ ਮੁਲਤਾਨ ਸੁਲਤਾਨ 'ਚ ਸਿਲੈਕਟ ਹੋਇਆ ਵਾ ਤੁਸੀਂ ਮਾਨਵ ਚੰਦ ਦੀ ਟੀਮ 'ਚ ਖੇਲੇ ਹੋ ਪੂਰੀ ਟੀਮ ਲਿਆ ਕੇ ਉਹਨਾਂ ਨੇ ਖੜੀ ਕਰ ਦਿੱਤੀ ਤਾਰਫ ਕਰਾਉਣ ਲਈ ਪਹਿਲੇ ਮੈਂ ਤਾਰਫ ਕਰਾਇਆ ਮੁੰਡਿਆਂ ਨੂੰ ਉਹਨਾਂ ਨੇ ਜਿਹੜਾ ਜੁਗਤਾਂ ਸ਼ੁਗਤਾਂ ਲਾਈਆਂ ਮੈਂ ਕੋਈ ਨਹੀਂ ਲਾ ਲਓ ਬਾਅਦ 'ਚ ਆਪਣੀ ਟੀਮ 'ਚ ਚਲੋ ਇਹ ਕਪਤਾਨ ਹੋਰਾਂ ਨਾਲ ਤਾਰਫ ਕਰਾਇਆ ਪਹਿਲੇ ਮਿਲਾਇਆ ਇਹ ਸ਼ਫਾਕਤ ਚੰਨ ਮੇਰਾ ਭਰਾ ਇਹ ਲਿਆਕਤ ਚੰਨ ਮੇਰਾ ਭਰਾ ਇਹ ਖਾਲਦ ਚੰਨ ਮੇਰਾ ਪਨੇਵਾ ਇਹ ਫਲਾਣਾ ਚੰਨ ਇਹ ਫਲਾਣਾ 6 ਚੰਨ ਮਿਲਾ ਦਿੱਤੇ ਉਸ ਤੋਂ ਅਗਲੇ ਵੀ ਉਹਨਾਂ ਦੇ ਰੰਗਦੇ ਸਨ 4 ਅਤੇ ਉਸ ਤੋਂ ਬਾਅਦ 3-4 ਮੁੰਡੇ ਚਿੱਟੇ ਸੀ ਉਹਦੇ ਵਿੱਚ 6 ਚੰਨ ਮਿਲਾਤੇ ਨਾ ਮੈਂ ਕਿਹਾ ਮਾਨਵ ਸਾਹਿਬ ਇਹ ਅਗਲੇ ਵੀ 4 ਚੰਨ ਹੈਗੇ ਨੇ ਪੱਕੇ ਇਸ ਤੋਂ ਅੱਗੇ ਚੱਲੋ ਉਹ ਦੱਸੋ ਬੰਦੇ ਕਿਹੜੇ ਚੰਨ 11 ਹੀ ਹੋ ਗਈ ਫਿਰ ਹਾਂਜੀ ਉਹ ਬਾਅਦ 'ਚ ਫਿਰ ਉਹ ਸਾਡਾ ਇੱਕ ਬੱਚਾ ਸੀ ਉਹਨੇ 5 ਆਊਟ ਕਰ ਦਿੱਤੇ ਉਹ ਮੈਚ ਜਿੱਤ ਗਏ ਆਪਣੀ ਟੋਪੀ ਲਾ ਕੇ ਨਾ ਕਹਿੰਦਾ ਬੇਟਾ ਮੈਂ ਕਿਹਾ ਟੋਪੀ ਅਸਰ ਨਹੀਂ ਕਿਸੇ ਨੂੰ ਦੇ ਦਿੰਦੀ ਆਪਣੀ ਉਹ ਮੈਚ ਖਤਮ ਹੋਇਆ ਮੈਂ ਸਭ ਨੂੰ ਇਕੱਠਾ ਕਰਕੇ ਨਾ ਮੈਂ ਕਿਹਾ ਅੱਜ ਅਮਾਨਤ ਚੰਨ ਨੇ ਫੈਸਲਾ ਕੀਤਾ ਕਿ ਬੱਚੇ ਨੇ 5 ਆਊਟ ਕੀਏ
ये टोपी जो है मानव चंद बच्चे को गिफ्ट के तौर पर दे रहा है। तो आप सब मेहमान थे जिप्सी अमेजिंग क्रीम बनाने वालों के, उनका कहना है बाहर जिप्सी निखार जिप्सी, कहकर मैं चुप हो गया। और मानव चंद ने जब मेरे वाले आज तक देखे ना, मैं कहा चेहरे को देती है बिगाड़ जिप्सी। तो ये मतलब इन्हों होर भी बड़े काम है ना, ये मुल्तान सुल्तान जी खेलते अगर जल्दी आउट हो जाए ना फिर उत्थे दाल वेचन लग पे निमको। देखो जी बेकार वक्त क्यों जाया करना है जी, बेकार वक्त क्यों जाया करना। साडा टीवी स्टार ना मैच हो रहा जी उदो आबद कश्मीरी, मेरी मेरे वसीम बास ना ज़्यादा सलाम दो सी, वसीम बास कप्तान सी, आबद कश्मीरी सी, अनवर अली सी, इरफान हाशमी उन्हें टॉस किया सी। ते अनवर अली साहब आ गए सामने बैटिंग करन, मैं ना जेब च माल्टा पहले रख लिया सी, मैं दूसरे बैट्समैन बॉल करना अनवर अली सामने आया ना, मैं जेब च पाकना माल्टा जेब सीधी मैं सीधी विकटा सुट्टी बोल्ड हो गया, जो माल्टा फट गया कहता है कि है कि भाजी तुम मुल्तान सैट हो गए हो, जो अगर मुल्तान सुल्तान बेहतर तुम खिला करते हो बॉलिंग कर दे। मैं ऑलराउंडर अपना बैटिंग भी कर दा तो बॉलिंग भी कर ग्राउंड झाड़ू झूड़ भी देंगे क्योंकि विकेट में साफ सुथरा। भाईजान की होया तुम इतने खलोते हो सर, देखो कि कूड़ा पे कि चुकना भाजी बस कर दो इंटरव्यू तो बाद में आना जा मेरा भाई। हाँ देखो कि प्यारे बच्चे थे क्रिकेटर, आपका क्या नाम है? अब्दुल रहमान। तो आप क्या है मतलब के बैट्समैन बनेंगे या बॉलर या स्पिनर? ऑलराउंडर। वेरी गुड। ये देखो ये कह रहा है मैं इथियोपिया से आया हूँ, इथियोपिया तो टीम ही नहीं क्रिकेट की कोई क्रिकेटर दे खूबसूरत। मैं भी खूबसूरत यार साडे क्रिकेट नहीं तो खूबसूरत है। मैं दरअसल इतने ना साढ़े होंगी नहीं क्रिकेट इथियोपिया दे विच। अच्छा जी। लेकिन मैं उत्थे कोशिश की उत्थे जंगल कला ही खेड़ कला ही वैसे मैं याद आ गया सच कह रहे हैं। अच्छा जी। हाँ जी मैंने एक बंद दस इथियोपिया च पागलखाने की टीम हैगी वह पागलों को ग्राउंड च लै आते हैं, वो कोई विकेट चुके अंपायर को मार रहा होता है, वो कोई गेंद फड़ के कप्तान ने कहा गेंद करा, उन्हें गेंद फड़ी घर दौड़ गया। इस तरह की क्रिकेट होती है इथियोपिया च पागल इलेवन पागल नहीं नहीं मैं कला जड़ा ना मैं अपने एबिलिटी क्वालिटी दे बेस ते आया मैं सिलेक्ट होया मैं कला ही बॉलिंग करौंदा कला ही अपील करदा आप ही आउट देंदा आप ही अपील करके आवाज दे आउट करदा आप ही जाके कीपर फड़ के इंज करके फिर से एक फड़ लैंदा। ठीक यार तू कला ही खेडी जाना साडे ना उत्थे ज्यादा जंगल हैगे आ ते मैं स्टैमिने तुसी देखिया होणा वा साडी डाक्यूमेंट्रीयां फिल्मां इथियोपिया दीयां चलदीयां वा डाक्यूमेंट्री फिल्मां हैरन जो साढ़े लग असी नेदा चुकया होंगे करके जो वो मगर मगर भजदे हैं साडा स्टैमिना इन्ना वा हरन सह चढ़ जाता खलो जाता फिर लागे जाके मार देता चुके कर वेलो कोच साहब सही कह रहे हैं। नहीं नहीं इथियोपिया का साडा कल्चर है जो जितते ना मैच फिर अग बाल के सारे टब्बर आले दुआले करते जिंगा लाला पत्ते बन के खेडते उ नहीं नहीं उत्थे यूनिफॉर्म नहीं ना होंदियां उत्थे फिर ओह तोड़ लैने असीं उत्तों एमरजेंसी एवें बांदर दी खल पा ली। नहीं नहीं मैं एक फिल्म च देखिया इथियोपिया च ऐसा नहीं किट पाई उन्होंने मैं पहले खिलाड़ी समझिया उन्होंने इंज ही ना कुत्ते नूं इंज देख के सीख ते चढ़ाया अज गल बाद चो खाना शुरू करता ओह कुत्ते नूं चक्कर आ गया। स्टैमिना वास्ते ना सानू कोई मुश्किल नहीं होंदी जदों असीं शिकार करन जांदे आ ना ते फिर ओह आसानी नाल साडा आप ही स्टैमिना हो जांदा। मैं स्टैमिना बेस ते जिहड़ा वा मैं मुल्तान सुल्तान विच सिलेक्ट होया हां। स्टैमिना ते बहुत है तेरा, ये स्टैमिना इन्ना भाजी ये 24 घंटे गटर च रह जांदा स्टैमिना थोड़ा सी मैंने बर्दाश्त करी जाने किन्नी भाजी इथियोपिया जी क्रिकेट की टीम ही है नहीं भाई नहीं टीम हैगी लेकिन मैं अपना मैं तो अपना इस बेस से आया ना मैं अपनी स्ट्रगल की आ मैं उस अपने मुल्क का नाम रोशन करांगा पाकिस्तान आया वा उन्होंने मैं ऑलराउंडर बेस से मैं सिलेक्ट होया मुल्तान सुल्तान कि बेस से आया मैं ये दस दे गेम बेस तो है नहीं तेरी ਉੱਤੇ ਪੱਤੇ ਬਣ ਕੇ ਖੇਡਦੇ ਸੀ ਤੁਸੀਂ ਥੋਪੀਆਂ ਜਿਹੜੇ ਹਾਂਜੀ ਹਾਂਜੀ ਉੱਥੇ ਇਹੀ ਚੱਲਦੀ ਆ ਪੱਤੇ ਬੰਨੇ ਹੁੰਦੇ ਨੇ ਕਿੱਡੇ ਜਗ੍ਹਾ ਤੇ ਕਿਸੇ ਨੇ ਪੀਲੇ ਪੱਤੇ ਬੰਨੇ ਕਿਸੇ ਨੇ ਹਰੇ ਪੱਤੇ ਤੁਸੀਂ ਗਾਰਡ ਜਿਹਨਾਂ ਤੇ ਰੱਖਿਆ ਜਾ ਸਕਦਾ ਹੈ ਗਾਰਡ ਜਿਹਨਾਂ ਦੇ ਪੱਤਾ ਤੇ ਰੱਖਿਆ ਜਾ ਸਕਦਾ ਪੈਡ ਪੂਡ ਬੰਨਦੇ ਲੱਤਾਂ ਤੇ ਜਾਂ ਲੱਤਾਂ ਤੇ ਕੀ ਬੰਨਦੇ ਨਹੀਂ ਨਹੀਂ ਪੈਡ ਤੋਂ ਬਗੈਰ ਅਸੀਂ ਕਰਦੇ ਆ ਜਿਹੜਾ ਨੈਟ ਆ ਨਾ ਇੰਜ ਹੀ ਹੁੰਦਾ ਬਗੈਰ ਪੈਡ ਤੋਂ ਹੀ। ਅੱਛਾ ਤੁਸੀਂ ਪਾਕਿਸਤਾਨ 'ਚ ਆਏ ਹੋ ਪਾਕਿਸਤਾਨ ਤੁਹਾਨੂੰ ਕਿਹੋ ਲੱਗਾ? ਪਾਕਿਸਤਾਨ ਬੜਾ ਅੱਛਾ ਮੁਲਕ ਹੈ ਮੈਨੂੰ 2 ਮਹੀਨੇ ਹੋ ਗਏ ਇੱਥੇ ਆਇਆ ਨੂੰ ਮੈਂ ਮੁਲਤਾਨ ਰਿਹਾ ਵਾਂ ਉਹ ਮੇਰੀ ਫੁੱਫੀ ਵੀ ਉੱਥੇ ਹੀ ਸੀ ਮੁਲਤਾਨ ਵੀ ਫੁੱਫੀ ਵੀ ਉਮਰਾਦ ਉਹ ਜਦੋਂ ਮੈਨੂੰ ਪਤਾ ਲੱਗਿਆ ਨਾ ਵੀ ਮੈਂ ਆ ਗਿਆ ਵਾਂ ਉਹ ਵੀ ਮੇਰੇ ਨਾਲ ਹੀ ਆ ਗਈ ਸੀ ਇੱਧਰ। ਅੱਛਾ 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 ਫਿਰ ਉਹਨੇ ਕਿਹਾ ਵੀ ਪੁੱਤ ਤੂੰ ਰੋਟੀ ਪਾਣੀ ਕਿੱਥੋਂ ਖਾਏਗਾ ਫਿਰ ਅਸੀਂ ਮਕਾਨ ਲੈ ਲਿਆ ਕਿਰਾਏ 'ਤੇ ਅਸੀਂ
रोटी पानी फिर मैं पका के दी जंगल जानवर जिन्नी डॉक्यूमेंट्रियां फिल्मां सारियां साडियां उत्थे उत्थे बणदियां यार रेत बहुत आ उत्थे हैना कैद बहुत आ कैद ते कोई नहीं आ कैद ते पता नहीं किथे आ तुसीं देखो कि मैं बिल्कुल सही आ तुहाडे सामने नज़र नहीं आ रहा मैं कैद होवे ते मेरी फिटनेस ना होवे आ दे बहुत अच्छे ये फिटनेस नहीं है दुर फिटनेस है आ दे क्रिकेटर प्यारे बच्चे देख ते सही तुहाडी शादी होई है हाँ जी शादी होई किहदे नाल लड़की नाल ही होनी सी और किहदे नाल होनी ओह किहदा बेड़ा गर्क कीता ही स्टार्ट लैन लगे हो थोड़ा जा डीजल पी लो योगा योगा जंगल वाला कम्स इन मूविंग इन द स्टार्ट एंड वेरी डेंजरसली कमिंग अप ऑन द विकेट कम्स इन बॉल्स टू एंड उमर प्रेड्स अवे योगा कम्स इन बॉल्स टू उमर एंड अपील फॉर लेग बिफोर अंपायर डांसिंग अवे ए पाजी आउट नहीं मांग रहा 150 मांग रहा है अपील नहीं कर रहा कहना मैनू उठाओ बहुत अच्छे जी थैंक यू फॉर कमिंग वल सरैकी हिन सरैकी मुल्तान सुल्तान हाँ तुसां दा बड़ी मेहरबानी तुसां इडू आए हो ते एदे मेरे नाल गलबात की आई तो कोई सरैकी ढोले माइए भी सीखे ने उ कि नहीं मैन ऑफ द मैच अच्छा द बेस्ट बॉलिंग प्राइज थ्रो मिस्टर गोगा एंड योगा फ्रॉम इथियोपिया गोगा किसे ना योगा प्राइज है तस्वीर प्लीज हाय ए प्राइज बड़ा गरम है क्यों ये चाय है जी आवाम ने भी चारों पासे आवाम देख रही है ले दरख्तों ले उधर भी ओ चाग कोई कर पै गई अगर आप हमारी मजीद वीडियोस देखना चाहते हैं तो हमारा चैनल सब्सक्राइब करें और बेल आइकॉन दबा दें ऐसे करके